ਆਪਣੇ ਕਿਸੇ ਦੇ ਹੱਥ ਵਸ ਤੇ ਨਹੀਂ ਨਹੀਂ ਬਿਲਕੁਲ ਉਹਦੀ ਵਸਤੂ ਸੀ ਉਹ ਲੈ ਗਏ ਨੇ ਉਹ ਤੇ ਨਾ ਸਾਰਾ ਦਿਨ ਸੰਗਤ ਨਾਲ ਭਜਨ ਕਰਨੇ ਤੇ ਉਹ ਚਾਦਰ ਦੇ ਉੱਤੇ ਉਹਨਾਂ ਨੇ ਸੌਣਾ ਉਹਨਾਂ ਨੇ ਕੱਲ ਆਪਣਾ ਕੋਟ ਲਾ ਕੇ ਮੈਨੂੰ ਦੇ ਗਏ ਨੇ ਮੇਰੇ ਗਲ ਪਾ ਕੇ ਗਏ ਨੇ ਆਪਣਾ ਅੱਧਾ ਦਮਾਲਾ ਪਾੜ ਕੇ ਤੇ ਇਹਨੂੰ ਇਹਦੇ ਸਿਰ ਤੇ ਬੰਨ ਗਏ ਵੀ ਜੇ ਮੇਲਾ ਤੁਸੀਂ ਮੇਲਾ ਪਿੱਛੋਂ ਮਨਾਇਓ ਅਸੀਂ ਜੇ ਤੁਰ ਨਹੀਂ ਗਏ ਬਾਪੂ ਦੀਪ ਸਿੰਘ ਜੀ ਦੇ ਭਾਣੇ ਅੰਦਰ ਹੀ ਹੋਏ ਆਪਣੇ ਕਿਸੇ ਦੇ ਹੱਥ ਵਸ ਤੇ ਨਹੀਂ ਬਿਲਕੁਲ ਉਹਦੀ ਵਸਤੂ ਸੀ ਉਹ ਲੈ ਗਏ ਨੇ ਅਗਰ ਜੇ ਮੰਜ਼ਲ ਤੇ ਚੜ੍ਹਦੇ ਕਿਤੇ ਗਲਤੀ ਹੋ ਜਾਂਦੀ ਡਿੱਗ ਜਾਂਦੇ ਫਿਰ ਇਸੇ ਜ਼ਬਾਨੀ ਆਪਾਂ ਰੋਣਾ ਸੀ ਬਾਬਾ ਜੀ ਮੈਂ ਵੀ ਕਈ ਵਾਰੀ ਬਾਬਾ ਜੀ ਨੂੰ ਮਿਲਿਆ ਬੜੇ ਮਿੱਠੇ ਸੁਭਾਅ ਦੇ ਸੀ ਬਾਬਾ ਜੀ ਉਹ ਤੇ ਨਾ ਸਾਰਾ ਦਿਨ ਸੰਗਤ ਨਾਲ ਭਜਨ ਕਰਨੇ ਤੇ ਉਹ ਚਾਦਰ ਦੇ ਉੱਤੇ ਉਹਨਾਂ ਨੇ ਸੌਣਾ 8 ਦਿਨ ਉਹ ਚਾਦਰ ਨਹੀਂ ਸਨ ਬਦਲ ਦਿੰਦੇ ਤੁਸੀਂ ਇਹੋ ਜਿਹੇ ਸਾਧੂ ਨੂੰ ਮੰਨੋ ਰਾਤ ਨੂੰ 12 ਵਜੇ ਵੀ ਆ ਗਏ ਨੇ ਉਹਨਾਂ ਨੇ ਆਪ ਹੀ ਉੱਠ ਕੇ ਮਿਲਣਾ ਵੀਰ ਮੇਰੇ ਆਪਣੇ ਮੂੰਹ ਤੋਂ ਆਪ ਸੋਭਾ ਨਹੀਂ ਕੀਤੀ ਜੀ ਸੰਗਤ ਤੋਂ ਜੋ ਸੰਗਤ ਆ ਬੜਾ ਵੱਡਾ ਘਾਟਾ ਹੋਇਆ ਬੀਬੀ ਜੀ ਮਾਂ ਵਾਸਤੇ ਜਵਾਨ ਪੁੱਤ ਜਾਣਾ 25 ਸਾਲ ਤੋਂ ਘੱਟ ਦੀ ਉਮਰ ਬੜਾ ਸ਼ਹਿਰ ਜਿਹੜਾ ਹੈ ਪੂਰਾ ਪਿੰਡ ਰੋ ਰਿਹਾ ਹੈ ਇਲਾਕੇ ਰੋਂਦੇ ਨੇ ਸੰਗਤਾਂ ਰੋ ਰਹੀਆਂ ਨੇ ਫਿਰ ਇੱਕ ਨਹੀਂ 5 ਬੱਚੇ ਮੇਰੇ ਵਾਸਤੇ ਤਾਂ ਉਹ ਵੀ ਬੱਚੇ ਨੇ ਹੈ ਨਾ ਮੇਰੇ ਵਾਸਤੇ ਤਾਂ ਆਹ ਬੱਚਾ ਵੇਖੋ ਛੋਟਾ ਜਿਹਾ ਹੁਣ ਇਹਦੀ ਮਾਂ ਦੀ ਜੇ ਕੀ ਉਮਰ ਸਮਾਗਮ ਦੀ ਤਿਆਰੀ ਕਰ ਰਹੇ ਸੀ ਬਾਬਾ ਜੀ ਸੁਨੇਹਾ ਲਾ ਰਹੇ ਸੀ ਘਰ ਘਰ ਜਾ ਕੇ ਲੇਕਿਨ ਇਹ ਨਹੀਂ ਕੱਲ੍ਹ ਉਹਨਾਂ ਨੇ ਇੰਨਾ ਬਚਨ ਕਰਤਾ ਵੀਰ ਮੈਂ ਸੱਚ ਬੋਲਾਂ ਉਹਨਾਂ ਨੇ ਕੱਲ੍ਹ ਆਪਣਾ ਕੋਟ ਲਾ ਕੇ ਮੈਨੂੰ ਦੇ ਗਏ ਨੇ ਮੇਰੇ ਗਲ ਪਾ ਕੇ ਗਏ ਨੇ ਆਪਣਾ ਅੱਧਾ ਦਮਾਲਾ ਪਾੜ ਕੇ ਤੇ ਇਹਨੂੰ ਇਹਦੇ ਸਿਰ ਤੇ ਬੰਨ ਗਏ ਕਹਿੰਦੇ ਮਾਤਾ ਜੀ ਕਰਦਾ ਹਜ਼ੂਰ ਸਾਹਿਬ ਨਾਲ ਤੁਰਦੀ 10-15 ਦਿਨਾਂ ਤੋਂ ਇਸ ਤਰ੍ਹਾਂ ਬਚਨ ਕਰ ਰਹੇ ਸਨ ਵੀ ਜੇ ਮੇਲਾ ਤੁਸੀਂ ਮੇਲਾ ਪਿੱਛੋਂ ਮਨਾਇਓ ਅਸੀਂ ਜੇ ਤੁਰ ਵੀ ਗਏ ਉਹ ਮੈਨੂੰ ਕੀ ਪਤਾ ਸੀ ਵੀ ਇਹਨਾਂ ਕਿੱਥੇ ਜਾਣਾ ਨਾ ਸਨ ਤੇ ਮੈਂ ਭੱਜਾ ਲਗਾ ਹੁੰਦਾ ਸੀ ਤੇ ਜੇ ਮੈਂ ਫੋਨ ਕਰਦਾ ਹਾਂ ਤੇ ਬਾਬਾ ਜੀ ਵੀ ਬਿਲਕੁਲ ਪੈਰਾਂ 'ਚ ਜੁੱਤੀ ਨਹੀਂ ਸਨ ਪਾਉਂਦੇ ਇੰਨਾ ਪਿਆਰ ਕਰਦੇ ਸਨ ਇੰਨਾ ਮਾਣ ਦਿੰਦੇ ਸਨ ਉਹ ਮਾਣ ਸਾਨੂੰ ਸ਼ਾਇਦ ਜ਼ਿੰਦਗੀ ਦੇ ਵਿੱਚ ਨਾ ਮਿਲਿਆ ਤੇ ਮੈਂ ਕਹਿੰਦਾ ਵੀ ਸ਼ਾਇਦ ਹੀ ਨਾ ਮਿਲੇ ਜਿਹੜਾ ਸੜਕ ਹਾਦਸਾ ਹੋਇਆ ਜਰਾਣਾ ਸਾਹਿਬ ਇਹਦਾ ਮੇਨ ਕਾਰਨ ਜਿਹੜਾ ਦੱਸਿਆ ਗਿਆ ਵੀ ਆਵਾਰਾ ਜਿਹੜੇ ਪਸ਼ੂ ਹਨ ਉਹ ਹਾਈਵੇ ਤੇ ਜਾਂ ਸੜਕਾਂ ਤੇ ਘੁੰਮਦੇ ਹਨ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਆਵਾਰਾ ਪਸ਼ੂਆਂ ਦਾ ਇਹ ਜਿਹੜੀ ਇਹ ਘਟਨਾ ਹੈ ਆਵਾਰਾ ਪਸ਼ੂਆਂ ਦੇ ਨਾਲ ਬਹੁਤ ਜ਼ਿਆਦਾ ਅੱਜ ਘਟੀਆਂ ਜਾ ਰਹੀਆਂ ਨੇ ਜ਼ਿਆਦਾ ਐਕਸੀਡੈਂਟ ਇਸ ਕਾਰਨ ਹੋ ਰਹੇ ਨੇ ਮੇਰੀ ਤੇ ਇਹ ਦਰਖਾਸਤ ਹੈ ਕਿ ਇਹਨਾਂ ਦਾ ਜਿਹੜਾ ਪ੍ਰਬੰਧ ਉਚਿਤ ਪ੍ਰਬੰਧ ਕਰ ਕੀਤਾ ਜਾਏ ਤਾਂ ਕਿ ਸਾਡੀ ਅੱਜ ਇੱਕ ਨਸਲ ਖਤਮ ਹੋ ਗਈ ਹੈ ਬਿਲਕੁਲ ਪਰਿਵਾਰਾਂ ਦੇ ਅੱਜ 5 ਪਰਿਵਾਰ ਖਤਮ ਹੋ ਗਏ ਨੇ ਕਿਉਂਕਿ ਸਾਡੇ ਕੋਲ ਇੱਕ ਇੱਕ ਜੀ ਹੈ ਇੱਕ ਇੱਕ ਬੇਟਾ ਸਾਰਿਆਂ ਕੋਲ ਅਤੇ ਅੱਜ 5 ਪਰਿਵਾਰਾਂ ਦੀਆਂ ਅੱਜ ਖਤਮ ਹੋ ਗਏ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦਾ ਉਚਿਤ ਪ੍ਰਬੰਧ ਕੀਤਾ ਜਾਏ ਤਾਂ ਕਿ ਇਸ ਪਰਿਵਾਰਾਂ ਦੇ ਐਕਸੀਡੈਂਟਾਂ ਤੋਂ ਇਸ ਸਮਾਜ ਨੂੰ ਇਸ ਪਰਿਵਾਰਾਂ ਨੂੰ ਬਚਾਇਆ ਜਾ ਸਕੇ।